वाहेगुरु जी का खालसा, वाहेगुरु जी फतेह जी। ये भैन सोनिया शर्मा जी पंचकूले दे रहन वाले ने। तुसी देखिया 9 मई नू माता जी अपनी बेटी नू लैके साडे सुपनिया दे घर दे विच जिहड़ा कैंप लाया जांदा वा, उहदे विच दिमागी हालत ठीक ना होण करके साडे कोले दवाई दवाउण वास्ते इलाज वास्ते लैके आए सी। घर दीआं सिचुएशनां कारण भैन दी शरीरक हालत इदां दी बणी पई सी। ਭੈਣ ਦੇ ਬਹੁਤ ਵੱਡੇ ਵੱਡੇ ਬਾਲ ਸੀ, ਜਟਾਵਾਂ ਬਣੀਆਂ ਪਈਆਂ ਸੀ, ਜਿਨ੍ਹਾਂ ਨੂੰ ਪਰਿਵਾਰ ਇੱਕ ਦਿਨ ਪਹਿਲਾਂ ਰਾਤ ਨੂੰ ਕੱਟ ਕੇ ਸਾਡੇ ਕੋਲ ਲੈ ਕੇ ਆਇਆ ਸੀ। ਨਹਾਉਂਦੀ ਨਹੀਂ ਸੀ, ਬੜੇ ਲੰਬੇ ਸਮੇਂ ਤੋਂ ਪਈ ਰਹਿੰਦੀ ਸੀ। ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਜ਼ਖਮ ਸੀ ਬਹੁਤ ਵੱਡੇ ਵੱਡੇ, ਕਾਫੀ ਜ਼ਿਆਦਾ ਪ੍ਰੋਬਲਮ ਆਈ ਹੋਈ ਸੀ। ਪਰ ਤੁਹਾਡੀਆਂ ਅਰਦਾਸਾਂ ਅਤੇ ਦੁਆਵਾਂ ਸਦਕਾ, ਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ, ਇਲਾਜ ਦੇ ਨਾਲ ਭੈਣ ਅੱਜ ਬਿਲਕੁਲ ਠੀਕ ਠਾਕ ਨੇ। ਅੱਜ 2 ਜੂਨ ਆ, ਭੈਣ ਆਪਣੇ ਘਰ ਜਾ ਰਹੀ ਆ, ਭੈਣ ਦਾ ਪਰਿਵਾਰ, ਤੁਸੀਂ ਕੀ ਲੱਗਦੇ ਹੋ ਜੀ? ਚਾਚਾ ਜੀ ਨੇ, ਇਹ ਬ੍ਰਦਰ ਆ ਭੈਣ ਦਾ, ਲੈਣ ਵਾਸਤੇ ਆਏ ਹੋਏ ਨੇ। ਇਲਾਜ ਆ ਜਿਹੜਾ ਚੱਲ ਰਿਹਾ ਵਾ, ਕੈਂਪ ਦਰ ਕੈਂਪ ਅੱਗੇ ਪਰਿਵਾਰ ਸਾਡੇ ਕੋਲ ਦਵਾਈ ਲੈਣ ਵਾਸਤੇ ਆਉਂਦਾ ਰਹੂਗਾ। ਅਰਦਾਸ ਕਰਿਓ ਭੈਣ ਸੋਨੀਆ ਸ਼ਰਮਾ ਦੀ ਆਉਣ ਵਾਲੀ ਜ਼ਿੰਦਗੀ ਆ ਜਿਹੜੀ ਉਹ ਤੰਦਰੁਸਤੀ ਭਰੀ ਹੋਵੇ। ਇਸ ਭੈਣ ਨੂੰ ਅਤੇ ਇਸ ਪਰਿਵਾਰ ਨੂੰ ਤੁਹਾਡੀਆਂ ਅਰਦਾਸਾਂ ਅਤੇ ਦੁਆਵਾਂ ਦੀ ਲੋੜ ਆ। ਅਰਦਾਸ ਕਰਿਓ ਕਾਲ ਪੁਰਖ ਵਾਹਿਗੁਰੂ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਕਾਲ ਪੁਰਖ ਵਾਹਿਗੁਰੂ ਸਰਬੱਤ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੇ ਠੀਕ ਹੋ? ਘਰ ਜਾਣਾ ਚਾਹਤੇ ਹੋ? ਦਵਾਈ ਲਿਆ ਕਰੋਗੇ ਘਰ ਜਾ ਕੇ? ਐਕਸਰਸਾਈਜ਼ ਕਰਿਆ ਕਰੋਗੇ? ਕਰਨੀ ਹੈ। ਠੀਕ ਹੋਣਾ ਚਾਹੁੰਦੇ ਹੋ? ਬੇਬੇ ਠੀਕ ਆ? ਭੈਣ ਹੁਣ ਠੀਕ ਹੈ?